ਸ਼ਵਨੀ ਜਲੰਧਰੇ ਖਬਰਾਂ ਦੇ ਸਪਲਿਟਨ ਦੇ ਨਾਲ ਮੈਂ ਅਵਤਾਰ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਖਾਸ ਖਬਰਾਂ ਲੋਕ ਸਭਾ ਚੋਣਾਂ ਦੀ ਤੀਜੀ ਗੇੜੀ ਚੋਣ ਪ੍ਰਚਾਰ 16 ਤੇ ਹੈ ਕਿਉਂਕਿ ਪ੍ਰਚਾਰ ਲਈ ਸਿਰਫ ਹੁਣੇ ਇੱਕ ਦਿਨ ਬਾਕੀ ਹੈ ਪ੍ਰਧਾਨ ਮੰਤਰੀ ਤੇ ਪੰਜਾਬ ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਅੱਜ ਬਿਹਾਰ ਤੇ ਝਾਰਖੰਡ ਵਿੱਚ ਜਨਤਾਵਾਦੀ ਨੂੰ ਸੰਬੋਧਨ ਕਰਨਗੇ ਦੇ ਲੀਬਲਿਸ ਨੇ ਗ੍ਰਹਿ ਮੰਤਰੀ ਮਨਸ਼ਾ ਦੇ ਵੀਡੀਓ ਮਾਮਲੇ ਵਿੱਚ ਸਪੀਟ ਆਫ ਕਾਂਗਰਸ ਕਾਉਂਟ ਦੇ ਹੈਂਡਲਰ ਹਰਨ ਰੈਡੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਭਾਰਤੀ ਮੌਸਮ ਵਿਭਾਗ ਨੇ ਕੱਲ ਤੱਕ ਜੰਮੂ ਕਸ਼ਮੀਰ ਲਦਾਖ ਮੁਜ਼ਫਰਾਬਾਦ ਉੱਤਰਾਖੰਡ ਤੇ ਮਾਧ ਪ੍ਰਦੇਸ਼ ਵਿੱਚ ਗਰਜ ਤੂਫਾਨ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ ਲੋਕ ਸਭਾ ਚੋਣਾਂ ਦੇ 3 ਜਗੜੀ ਚੋਣ ਪ੍ਰਚਾਰ ਤੋਰਾਂ ਤੇ ਇਸ ਦੇ ਪ੍ਰਚਾਰ ਲਈ ਹੁਣ ਸਿਰਫ ਇੱਕ ਦਿਨ ਬਾਕੀ ਹੈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਰੈਲੀਆਂ ਤੇ ਰੋਡ ਸ਼ੋਅ ਕਰ ਰਹੇ ਨੇ ਭਾਜਪਾ ਦੇ ਸੀਨੀਅਰ ਨੇਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਸਵੇਰੇ 11:00 ਵਜੇ ਤੇ ਦੁਪਹਿਰ 12:30 ਵਜੇ ਗੁੰਮਲਾ ਜ਼ਿਲ੍ਹੇ ਦੇ ਪਲਾਮੂ ਤੇ ਸਿਸਾਈ ਵਿਖੇ ਦੋ ਜਨਤਕ ਰੈਲੀਆਂ ਨੂੰ ਸੰਬੋਧਨ ਕਰਨਗੇ ਸ਼੍ਰੀ ਮੋਦੀ 13 ਮਈ ਨੂੰ ਆਮ ਚੋਣਾਂ ਦੀ ਚੌਥੀ ਗੇੜ ਦੀਆਂ ਚੋਣਾਂ ਲਈ ਪਲਾਮੂ ਤੋਂ ਬੀ.ਟੀ. ਰਾਮ ਅਤੇ ਲੋਰ ਡਗਾ ਹਲਕੇ ਤੋਂ ਸਮੀਰ ਉਰਾਓਂ ਐਂਡੀ ਅਮੀਜ਼ਵਾਰਾਂ ਲਈ ਪ੍ਰਚਾਰ ਕਰਨਗੇ ਇਹ ਕਿਸੇ ਵੀ ਪ੍ਰਧਾਨ ਮੰਤਰੀ ਦੀ ਸੈ ਸਾਈ ਦਾ ਪਹਿਲਾ ਦੌਰਾ ਹੋਏਗਾ ਸ੍ਰੀ ਮੋਦੀ ਚੋਣਾਂ ਦੇ ਪ੍ਰਚਾਰ ਲਈ ਚਾਰਖੰਡ ਦੇ ਦੋ ਦਿਨਾਂ ਤੋਂ ਰਸਤੇ ਨੇ ਪ੍ਰਧਾਨ ਮੰਤਰੀ ਜੀ ਦੇ ਰਾਤ ਤੋਰੇ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਜਦੋਂ ਕਿ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਨੇ ਪ੍ਰਧਾਨ ਮੰਤਰੀ ਅੱਜ ਸਵੇਰੇ 9:30 ਵਜੇ ਰਾੰਚੀ ਦੇ ਰਾਜ ਭਵਨ ਤੋਂ ਫਲਾਮੂ ਲਈ রওনা ਹੋਣਗੇ ਫਲਾਮੂ ਤੇ ਸੈ ਸਾਈ ਵਿਖੇ ਜਨ ਸੰਬੋਧਨ ਕਰਨ ਦੇ ਬਾਅਦ ਉਹ ਬਿਹਾਰ ਦੇ ਦਰਬੰਗਾ ਵਿਖੇ ਇੱਕ ਹੋਰ ਰੈਲੀ ਨੂੰ ਸੰਬੋਧਨ ਕਰਨਗੇ ਗਵਾਲਮੀ ਇਸ ਵਾਰ ਗਵਾਲਜੀ ਠਾਕੁਰ ਦੇ ਸਮਰਥਨ ਵਿੱਚ ਜਰਪੰਗਾ ਰਾਜ ਮੈਦਾਨ ਵਿੱਚ ਉਹ ਜਨ ਸਭਾ ਨੂੰ ਸੰਬੋਧਨ ਕਰਨਗੀ ਚੋਣ ਰੈਲੀ ਦੁਪਹਿਰ 2 ਵਜੇ ਦੇ ਕਰੀਬ ਸ਼ੁਰੂ ਹੋਣ ਦੀ ਸਮਾਨਾ ਹੈ ਰਾਸ਼ਟਰੀ ਜਨਤਾ 당ਲ ਨੇ ਸੀ ਤੋਂ ਪਾਰਟੀ ਦੇ ਸੀਨੀਅਰ ਨੇਤਾ ਤੇ ਮੌਜੂਦਾ ਵਿਧਾਇਕ ਲਲਿਤ ਕੁਮਾਰ ਯਾਦਵ ਨੂੰ ਨੀਂਦਮਾਰ ਬਣਾਇਆ ਇਸ ਤੋਂ ਪਹਿਲਾਂ ਸ਼੍ਰੀ ਮੋਦੀ ਨੇ ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਚਾਈ ਬਾਸਾ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕੀਤਾ ਕੱਲ ਜਨਤਿਕ ਰੈਲੀ ਨੂੰ ਸੰਬੋਧਨ ਕਰਦੇ ਹੋਣਾ ਚਾਰਖੰਡ ਵਿੱਚ ਭਾਰਤ ਬਲਾਕ ਦੀਆਂ ਸੰਗਠਿਤ ਪਾਰਟੀਆਂ ਤੇ ਤਿੱਖਾ ਅਮਲਾ ਕੀਤਾ ਉਹਨਾਂ ਇਹ ਵੀ ਕਹਿ ਕੇ ਭਾਜਪਾ ਦੀ ਤਾਕਤ ਕਾਰਨ ਚਾਰਖੰਡ ਨੂੰ ਬਿਹਾਰ ਤੋਂ ਵੱਖਰਾ ਸੂਬਾ ਬਣਾਇਆ ਕਿਹਾ ਪ੍ਰਧਾਨ ਮੰਤਰੀ ਤੇ ਸੀਨੀਅਰ ਬੀਜੇਪੀ ਨੇਤਾ ਨਿਰਿੰਦਰ ਮੋਦੀ ਨੇ ਕੱਲ ਵਰਦਮਾਨ ਦੇ ਪਾਲਿਤ ਪਿਚ ਪਾਰਟੀ ਦੇ ਵਰਦਮਾਨ ਦੁਰਗਾਪੁਰ ਉਮੀਦਵਾਰ ਦੀ ਹਮਾਇਤ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ ਸ਼੍ਰੀ ਮੋਦੀ ਨੇ ਕਿਹਾ ਕਿ ਲੋਕਾਂ ਦੀ ਕੰਮ ਕਰਨਾ ਚਾਹੁੰਦੇ ਨੇ ਤੇ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਲਈ ਕੰਮ ਕਰ ਰਹੇ ਨੇ ਉਹਨਾਂ ਕਹੇ ਕਿ ਭਾਰਤ ਅਤੇ ਪਾਰ ਦੇ ਲੋਕ ਗਰੀਬੀ ਦੀ ਜ਼ਿੰਦਗੀ ਬਤੀਤ ਨਹੀਂ ਕਰਨਾ ਨਹੀਂ ਕਰਨਗੇ ਤੇ ਮੌਜੂਦਾ ਸਰਕਾਰ ਔਰਤ ਸ਼ਕਤੀਕਰਨ ਦੀ ਕੰਮ ਕਰ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਦਲਿਤਾਂ ਨੂੰ ਵੰਡਾ ਕਰਨਾ ਚਾਹੁੰਦੀ ਹੈ ਤੇ ਮੁਸਲਮਾਨਾਂ ਨੂੰ ਰਾਖਵਾ ਕਰਨ ਦੇਣਾ ਚਾਹੁੰਦੀ ਹੈ। ਕ੍ਰਿਸ਼ਨਨਗਰ ਰਨਕਾਟ ਤੇ ਬਹਿਰਾਮਪੁਰ ਉਮੀਦਵਾਰਾਂ ਦੀ ਹਮਾਇਤ ਵਿੱਚ ਕ੍ਰਿਸ਼ਨਨਗਰ ਵਿੱਚ ਕੋਰ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਆਈਐਨਡੀਆ ਇੱਕਜੋਟ ਕਾਂਗਰਸ ਤੇ ਨਮੂਲ ਕਾਂਗਰਸ ਦੇ ਖੱਬੇ ਪੱਖ ਦੀ ਮੁਹਾਜ ਕਸ਼ਾਮਦ ਅਜਿਹਾ ਬੋਟ ਪੈਂਕ ਦੀ ਰਾਜਨੀਤੀ ਕਰ ਰਹੀ ਨੇ ਕਾਂਗਰਸ ਨੇ ਅਜ਼ਾਦੀ ਦੇ ਸਮੇਂ ਦੇਸ਼ ਨੂੰ ਧਰਮ ਦੇਣਾ ਤੇ ਵੰਡਿਆ ਸੀ ਉਹਨਾਂ ਕਹਿੰਿਆ ਕਿ ਤੇਰੇ ਨਮੂਰ ਕਾਂਗਰਸ ਸੀ ਅਜ਼ਾਦਰਾਹਤ ਕਰ ਰਹੀ ਹੈ ਤੇ ਇਸ ਮੁੱਦੇ ਤੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਸੰਦੇਸ਼ ਖਲੀ ਨੇ ਟੀਐਮਸੀ ਸਰਕਾਰ ਦੇ ਕੁਸ਼ਾਸਨ ਨੂੰ ਸਾਬਤ ਕਰ ਦਿੱਤਾ ਹੈ ਸ਼੍ਰੀ ਮੋਦੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਪਛਮੀ ਬਗਾਲ ਨੂੰ ਕਈ ਪ੍ਰਾਈਸ ਸਕੀਮਾਂ ਦਿੱਤੀਆਂ ਨੇ ਟੀਐਮਸੀ ਸਰਕਾਰ ਇਹਨਾਂ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ੜਿੱਕਾ ਪੈਦਾ ਕਰ ਰਹੀ ਹੈ ਸਮਾਜਵਾਦੀ ਪਾਰਟੀ ਮੁਖੀ ਅਗਰੇਸ਼ ਯਾਦਵ ਨੇ ਵੀ ਕੱਲ ਉੱਤਰ ਪ੍ਰਦੇਸ਼ ਦੇ ਮੈਨਪੁਰੀ ਟੈਕਨੋ ਵਿੱਚ ਸ਼ਾਸਕ ਕਟ ਨੂੰ ਸੰਬੋਧਨ ਕੀਤਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਕੱਲ ਨਵੀਂ ਦਿੱਲੀ ਵਿੱਚ ਆਈਐਨਡੀਆਈ ਅਲਾਈንስ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਕੀਤੀ ਉਹਨਾਂ ਨੇ ਰਾਸ਼ਟਰੀ ਰਾਜਧਾਨੀ ਵਿੱਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਤਾਲਮੇਲ ਬਾਰੇ ਚਰਚਾ ਕੀਤੀ ਗੁਜਰਾਤ ਚੋਣਾਂ ਦੇ ਨੇੜੇ ਆਉਣ ਦੇ ਨਾਲ-ਨਾਲ ਸਿਆਸੀ ਪ੍ਰਚਾਰ ਤੇਜ਼ ਹੋ ਰਿਹਾ ਹੈ ਸਾਰੀਆਂ ਸਿਆਸੀ ਪਾਰਟੀਆਂ ਵੋਟਰਾਂ ਨੂੰ ਲਪਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀਆਂ ਬਾਜਪਾ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਕਾਂਗਰਸ ਨੇਤਾ ਪ੍ਰੇਨਕਾ ਗਾਂਧੀ ਤੇ ਆਪ ਨੇਤਾ ਭਗਵੰਤ ਮਾਨ ਪਲوں ਅੱਜ ਸੂਬੇ ਵਿੱਚ ਟੂਰ ਪ੍ਰਚਾਰ ਕੀਤਾ ਜਾਏਗਾ ਸ਼ਿਰਸ਼ਾ ਅੱਜ ਛੋਟੇ ਉਦੈਪੁਰ ਬਲਸਾੜ ਅਤੇ ਦੀਵ ਅਤੇ ਦਮਨ ਵਿੱਚ ਪਾਰਟੀ ਮੀਤਵਾਰਾਂ ਦੇ ਸਮਰਥਨ ਵਿੱਚ ਤਿੰਨ ਰੈਡੀਆਂ ਨੂੰ ਸੰਬੋਧਨ ਕਰਨਗੇ ਕਾਂਗਰਸ ਨੇਤਾ ਪ੍ਰੇਨਕਾ ਗਾਂਧੀ ਬਨਾਸ ਕਾਂਠ ਵਿੱਚ ਪਾਰਟੀ ਮੀਂਜ਼ ਵਾਰ ਦੇ ਸਮਰਥਨ ਵਿੱਚ ਇੱਕ ਛੋਟ ਰਹੇਡੈਂਟ ਨੂੰ ਸੰਬੋਧਨ ਕਰਨਗੇ ਆਪ ਆਗੂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਾਨ ਮਾਨ ਵੱਲੋਂ ਵੀ ਇਸ ਸੂਬੇ ਵਿੱਚ ਪ੍ਰਚਾਰ ਕਰਨ ਦੀ ਸਮਾਮਨਾ ਰਾਜ ਵਿੱਚ 7 ਮਈ ਨੂੰ ਇੱਕੋ ਗੇੜ ਵਿੱਚ ਵੋਟਾਂ ਪੈਂਣਗੀਆਂ ਲੋਕ ਸਭਾ ਚੋਣਾਂ ਦੇ 5ਵੇਂ ਗੇੜ ਲਈ ਨਾਮਜ਼ਦਗੀਆਂ ਭਰਨ ਦਾ ਕੰਮ ਕੱਲ ਸਮਾਪਤ ਹੋ ਗਿਆ ਕਾਗਜ਼ਾਂ ਦੀ ਪਰਤਾਲ ਅੱਜ ਹੋਏਗੀ ਜਦਕਿ ਸੋਮਵਾਰ ਨੂੰ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਰੀਕ ਹੈ ਇਸ ਮਹੀਨੇ ਦੀ 20 ਤਰੀਕ ਨੂੰ 6 ਰਾਜਾਂ ਤੇ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀਆਂ 94 ਲੋਕ ਸਭਾ ਸੀਟਾਂ ਦੀ ਵੋਟਾਂ ਪੈਣਗੀਆਂ। 오ਡੀਸ਼ਾ ਵਿੱਚ વિધાનસભા ਚੋਣਾਂ ਦੇ ਦੂਜੇ ਪੜਾਵੀ ਨਾਮਜ਼ਦਗੀ ਭਰਨ ਦਾ ਕੰਮ ਵੀ ਖਤਮ ਪੰਜਵੇਂ ਪੜਾਵੀ ਨਾਮਜ਼ਦਗੀ ਭਰਨ ਦਾ ਕੰਮ ਵੀ ਕੱਲ ਖਤਮ ਹੋ ਗਿਆ। ਉੱਤਰ ਪ੍ਰਦੇਸ਼ ਵਿੱਚ ਕੱਲ ਕਈ ਵੱਡੇ ਧਿਰਾਂ ਨੇ ਨਾਮਜ਼ਦਗੀ ਦਾਖਲ ਕੀਤੀਆਂ। ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਰਾਇਬਰੇਲੀ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਰਾਇਬਰੇਲੀ ਤੋਂ ਭਾਜਪਾ ਉਮੀਦਵਾਰ ਦਿਨੇਸ਼ ਪ੍ਰਤਾਪ ਸਿੰਘ ਤੇ ਮੀਠੀ ਤੋਂ ਗਾਂਵ ਰਸਪਾਟੀ ਦੇ ਉਮੀਦਵਾਰ ਕੁਸ਼ਵਰੀ لال ਚਰਮਣ ਨੇ ਵੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਉੱਧਰ ਲੋਕ ਸਭਾ ਚੋਣਾਂ ਦੇ ਚੌਥੇ ਗੇੜ ਵਿੱਚ 10 ਸੂਬਿਆਂ ਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ 1717 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਚੋਣ ਕਮਿਸ਼ਨ ਅਨੁਸਾਰ 99 ਸੰਸਦੀ ਹਲਕਿਆਂ ਵਿੱਚ ਕੁੱਲ 4824 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ ਚੌਥੇ ਗੇੜਲੀ VOTING 13 ਮਈ ਨੂੰ ਹੋਏਗੀ ਦਾਖਲ ਸਾਰੀਆਂ ਨਾਮਜ਼ਦਗੀਆਂ ਦੀ ਪਰਟਾਲ ਉਪਰੰਤ 1970 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਨੇ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਪ੍ਰਚਾਰ ਕਰਨ ਲਈ ਪਾਰਟੀ ਦੇ ਸੀਨੀਅਰ ਆਗੂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਲ ਪਟਿਆਲਾ ਵਿਖੇ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਤ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਉਹਨੇ ਸ਼ਹਿਰ ਵਿੱਚ ਰੂਟ ਸ਼ੋਅ ਕੱਢਿਆ ਤੇ ਲੋਕਾਂ ਤੋਂ ਆਪਣੇ ਉਮੀਦਵਾਰ ਲਈ ਵੋਟਾਂ ਮੰਗੀਆਂ। ਇਸ ਮੌਕੇ ਉਹਨੇ ਕਿਹਾ ਕਿ ਸੂਬਾ ਸਰਕਾਰ ਨੇ 43 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ, ਬਿਜਲੀ ਦੇ ਬਿੱਲ ਜ਼ੀਰੋ ਕੀਤੇ ਤੇ ਨਹਿਰੀ ਪਾਣੀ ਨੂੰ ਟੇਲਾਂ ਤੱਕ ਪਹੁੰਚਾਇਆ ਹੈ। ਇਸ ਮੌਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਜੇਹੰਦਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਨੂਰ ਮੈਲ ਮੰਡਲ ਵੱਲੋਂ ਇੱਕ ਸਫਲ ਮੀਟਿੰਗ ਕੀਤੀ ਗਈ। ਇਸ ਮੌਕੇ ਤੇ ਨੂਰ ਮੈਲ ਮੰਡਲ ਦੇ ਸਮੂਹ ਅਧਿਕਾਰੀਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੋੜਵੰਦ ਲੋਕਾਂ ਨੂੰ ਸਰਕਾਰੀ ਲਾਭ ਪਹੁੰਚਾਉਣ ਦਾ ਕੰਮ ਕੀਤਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੇਂਦਰ ਤੋਂ ਮਿਲਣ ਵਾਲੇ ਹਰ ਲਾਭ ਵਿੱਚ ਸੂਬਾ ਸਰਕਾਰ ਰੁਕਾਵਟ ਖੜੀ ਕਰਦੀ ਹੈ ਜਿਸ ਕਰਕੇ ਲੋਕ ਪੂਰਾ ਫਾਇਦਾ ਨਹੀਂ ਉਠਾ ਪਾਉਂਦੇ। ਸੁਸ਼ੀਲ ਰਿੰਕੂ ਨੇ ਕਿਹਾ ਕਿ ਭਾਜਪਾ ਵਿਸ਼ਵ ਦੀ ਇੱਕੋ ਇੱਕ ਜੀ ਪਾਰਟੀ ਹੈ ਜਿਸ ਵਿੱਚ ਇਸਤੇ ਮਜ਼ਬੂਤ ਵਰਕਰਾਂ ਨੇ ਇਸ ਨੂੰ ਬਾਕੀਆਂ ਨਾਲੋਂ ਵੱਖ ਕੀਤਾ ਤੇ ਭਾਜਪਾ ਹਮੇਸ਼ਾ ਤੋਂ ਹੀ ਉਹ ਦੇਸ਼ ਸਰਕਾਰ ਦੀ ਸੇਵਾ ਦੇ ਨਾਲ-ਨਾਲ ਸਿਸਟਮ ਨੂੰ ਬਦਲਦਾ ਰਿਹਾ ਹੈ। ਦਿੱਲੀ ਪੁਲਿਸ ਨੇ ਗ੍ਰਹਿ ਮੰਤਰੀ ਮੇਸ਼ਾਦੀ ਵੀਡੀਓ ਮਾਮਲੇ ਵਿੱਚ ਸਪੀਟ ਆਫ ਕਾਂਗਰਸ ਅਕਾਊਂਟ ਦੇ ਹੈਂਡਲਰ ਅਰुण ਰੈਡੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਦਿੱਲੀ ਤੋਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਗ੍ਰਹਿ ਮੰਤਰੀ ਮੇਸ਼ਾਦੀ 3 ਛੇਡ ਚਾਰ ਵਾਲੇ ਵੀਡੀਓ ਦੇ ਪ੍ਰਸਾਰਣ ਨੂੰ ਲੈ ਕੇ ਐਫ ਆਈ ਆਰ ਦਰਜ ਕੀਤੀ ਸੀ। ਕੇਂਦਰ ਨੇ ਪਿਆਜ਼ ਦੀ ਬਰਾਮਦ ਤੋਂ ਪਾਬੰਦੀ ਹਟਾ ਦਿੱਤੀ ਹੈ ਇੱਕ ਨੋਟੀਫਿਕੇਸ਼ਨ ਵਿੱਚ ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ ਨੇ ਕਿਹਾ ਕਿ ਆਰਡਰ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਪਿਛਲੇ ਮਹੀਨੇ ਕੇਂਦਰ ਨੇ 6 ਦੇਸ਼ਾਂ ਬੰਗਲਾਦੇਸ਼ ਸੰਯੁਕਤ ਅਰਬ ਅਮੀਰਾਤ ਪਟਾਨ ਬਹਿਰੈਨ ਮਰੀਸ਼ੀਅਸ ਤੇ শ্রীলঙ্কা ਨੂੰ 99000 ਮੈਟ੍ਰਿਕ ਟਨ ਤੋਂ ਵੱਧ ਪਿਆਜ਼ ਦੀ ਬਰਾਮਦ ਦੀ ਇਜਾਜ਼ਤ ਦਿੱਤੀ ਸੀ ਪਾਰਟੀ ਮੌਸਮ ਵਿਭਾਗ ਨੇ ਕੱਲ ਤੱਕ ਜੰਮੂ ਕਸ਼ਮੀਰ ਲਦਾਖ ਗਿਲਗੀਟ ਬਲਟਿਸਤਾਨ ਮੁਜ਼ਫਰਾਬਾਦ ਉੱਤਰਾਖੰਡ ਤੇ ਮਾਧ ਪ੍ਰਦੇਸ਼ ਵਿੱਚ ਗਰਜ ਤੂਫਾਨ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ ਇਸ ਨੇ ਦੇਸ਼ ਦੇ ਪੂਰਬੀ ਹਿੱਸੇ ਵਿੱਚ ਕੱਲ ਤੱਕ ਤੇ ਦੱਖਣੀ ਪ੍ਰਾਇਦੀਪ ਭਾਰਤ ਵਿੱਚ ਸੋਮਵਾਰ ਤੱਕ ਗਰਮੀ ਦੀ ਲਹਿਰ ਦੇ ਹਾਲਾਤ جاری ਰਹਿਣ ਦੀ ਸੰਭਾਵਨਾ ਜਤਾਈ ਹੈ ਤੇ ਕਿਹਾ ਕਿ ਇਸ ਤੋਂ ਬਾਅਦ ਇਹ ਘਟ ਹੋ ਸਕਦੀ ਹੈ ਆਈਪੀਐਲ ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਕੱਲ ਵਨ ਫੀਡੇ ਸਟੇਡੀਅਮ ਵਿੱਚ ਮੇਜ਼ਬਾਨ ਮੁੰਬਈ ਇੰਡੀਅਨਜ਼ ਨੂੰ 24 ਦੌਰਾਂ ਨਾਲ ਹਰਾਇਆ 170 ਦੌਰਾਂ ਦੀ ਟੀਚੇ ਦਾ ਪਿੱਛਾ ਕਰਦੇ ਹੋਏ ਮੁੰਬਈ ਇੰਡੀਅਨਜ਼ 1845 ਦੌਰਾਂ ਤੇ ਆਊਟ ਹੋ ਗਈ ਮਿਸ਼ੇਲ ਸਟਾਰਕ ਦੀਆਂ ਅਚਾਰ ਬਿੱਟਾਂ ਤੇ ਵਰਨ ਚੱਕਰਵਰਦੀ ਚੱਕਰਵਰਤੀ ਤੇ ਸੁਨੀਲ ਨਾਰਾਇਣ ਦੇ ਸਪਿੰਨ ਜਾਦੂ ਨੇ ਕੇ ਕੇ ਆਰ ਦੀ ਟੀਮ ਨੂੰ ਜਿੱਤ ਵਿੱਚ ਮਦਦ ਕੀਤੀ ਅੱਜ ਰਾਇਲ ਚੈਲੈਂਜਰਜ਼ ਬੈਂਗਲੌਰ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਬੰਗਲੁਰੂ ਦੇ ਮਹਤਿਨਾ ਸੁਆਮੀ ਸਟੇਡੀਅਮ ਵਿੱਚ ਹੋਏਗਾ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ ਵਿਸ਼ਵ ਐਥਲੈਟਿਕਸ ਲਈ 2024 ਜੋ ਕਿ ਪੈਰਿਸ 올림픽 2024 ਵਿੱਚ ਕੋਟਾ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਰਲੇਟੀਮਾਂ ਲਈ ਕੁਆਲੀਫਾਈਂਗ ਮੁਕਾਬਲਾ ਅੱਜ ਬਮਾਉਸਟੇ ਨਸਾਉ ਵਿੱਚ ਥਾਮਸ ਰੋਬਿੰਸਨ ਸਟੇਡੀਅਮ ਵਿੱਚ ਹੋਏਗੀ 올ੰਪੀਅਨ ਅਮੋਦ ਜਾਕਬ ਅਮਮ ਮੁਹੰਮਦ ਅਨਸ ਜਾਇਆ ਮੁਹੰਮਦ ਅਜਮਲ ਤੇ ਰਜੇਸ਼ ਸ਼ਰਮੇਸ਼ 파ਰਦੀ ਅਗਵਾਈ ਕਰਨਗੇ ਪਾਰਟੀ ਹortic ਦੀ 4 400 ਰਲੇ ਟੀਮ ਵਿੱਚ 7 ਮੈਂਬਰ ਨੇ ਜਿਨ੍ਹਾਂ ਵਿੱਚ ਹੰਦੂ, ਏਸ਼ੀਆਈ ਕੈਡਾਂ ਦੀ ਚਾਂਦੀ ਜਤੰਗ ਦਾ ਜੇਤੂ ਵਿਚਾਰਾਮ ਰਾਜ, ਐਸ਼ਵਰੀਆ ਮਿਸ਼ਰਾ, ਪ੍ਰਾਚੀ ਤੇ ਸ਼ੁਭਾ ਵੈਂਕੇਸ਼ਨ ਸ਼ਾਮਲ ਨੇ ਹਨ। ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਲੋਕ ਸਭਾ ਚੋਣਾਂ ਦੇ ਤੀਜੇ ਗੇੜੀ ਚੋਣ ਪ੍ਰਚਾਰ ਤੋਰਾਂ ਤੇ ਹੈ ਕਿਉਂਕਿ ਪ੍ਰਚਾਰ ਦੀ ਹੁਣ ਸਿਰਫ 1 ਦਿਨ ਬਾਕੀ ਹੈ। ਪ੍ਰਧਾਨ ਮੰਤਰੀ ਜੇਪੜ ਬਲਿਸੀ ਇੰਡੀਆ ਦੇ ਤਰ ਨਰਿੰਦਰ ਮੋਦੀ ਅੱਜ ਬਿਹਾਰ ਤੇ ਚਾਰਖੰਡ ਵਿੱਚ ਜਨ ਸਮਾਵਾਂ ਨੂੰ ਸੰਬੋਧਨ ਕਰਨਗੇ। ਦਿੱਲੀ ਪੁਲਿਸ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੀਡੀਓ ਮਾਮਲੇ ਵਿੱਚ ਸਪੇਟ ਆਫ ਕਾਂਗਰਸ ਅਕਾਊਂਟ ਦੇ ਹੈਂਡਲਰ ਅਰੁਣ ਰੈਡੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਭਾਰਤੀ ਮੌਸਮ ਵਿਭਾਗ ਨੇ ਕੱਲ ਤੱਕ ਜੰਮੂ ਕਸ਼ਮੀਰ ਲਦਾਖ ਮਜ਼ਫਰਾਬਾਦ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਿੱਚ ਗਰਜ ਤੂਫਾਨ ਦੇ ਨਾਲ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਜਤਾਈ ਹੈ ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਨਮਸਕਾਰ